ਐਨਆਈਏ ਦੇ ਵੱਲੋਂ ਸੂਬੇ ਭਰ ਵਿੱਚ ਥਾਂ ਥਾਂ ਤੇ ਰੇਡ ਕੀਤੀ ਗਈ ਹੈ ਤੇ ਇਸੇ ਵਿਚਾਲੇ ਐਨਆਈਏ ਦੀ ਇੱਕ ਟੀਮ ਨਿਹੰਗ ਗੁਰਵਿੰਦਰ ਸਿੰਘ ਗਿੰਦਾ ਦੇ ਘਰ ਵੀ ਪਹੁੰਚੀ ਤੇ ਘਰ ਦੀ ਕੱਲੀ ਕੱਲੀ ਚੀਜ਼ ਫਰੋਲੀ ਗਈ। ਦੱਸਦੀ ਹੈ ਕਿ ਨਵਾਂ ਸ਼ਹਿਰ ਦੇ ਬੰਗਾ ਦੇ ਨੇੜੇ ਪਿੰਡ ਬਾੜੋਵਾਲ ਚ ਰਹਿੰਦੇ ਨਿਹੰਗ ਗੁਰਵਿੰਦਰ ਸਿੰਘ ਗਿੰਦਾ ਜੋ ਕਿ ਚੋਲੇ ਬਣਾਉਣ ਤੇ ਸ਼ਸਤਰ ਬਣਾਉਣ ਦਾ ਕਾਰੋਬਾਰ ਕਰਦੇ ਨੇ, ਜਿਨ੍ਹਾਂ ਦੇ ਗਾਹਕ ਵਿਦੇਸ਼ਾਂ ਚ ਵੀ ਨੇ ਤੇ ਨਿਹੰਗ ਸਿੰਘ ਨੇ ਦੱਸਿਆ ਕਿ ਤੜਕੇ ਹੀ ਐਨਆਈਏ ਦੀ ਟੀਮ ਉਹਨਾਂ ਦੇ ਘਰ ਵੜ ਆਈ ਤੇ ਘਰ ਦੇ ਕੋਨੇ ਕੋਨੇ ਦੀ ਤਲਾਸ਼ੀ ਲਈ। ਫਿਰ ਉਹਨਾਂ ਦੇ ਕਾਰੋਬਾਰ ਬਾਰੇ ਜਾਣਕਾਰੀ ਲਈ ਗਈ। ਨਿਹੰਗ ਸਿੰਘ ਜੋ ਚੋਲੇ ਬਣਾਉਣ ਤੇ ਪੁਰਾਤਨ ਕਿਰਪਾਨਾਂ ਲੈ ਕੇ ਉਹਨਾਂ ਨੂੰ ਨਵਾਂ ਰੂਪ ਦੇ ਕੇ ਵੇਚਣ ਦਾ ਕੰਮ ਕਰਦੇ ਨੇ ਤੇ ਉਹਨਾਂ ਦੇ ਗਾਹਕ ਵਿਦੇਸ਼ਾਂ ਤੇ ਦੇਸ਼ਾਂ ਵਿੱਚ ਵੀ ਨੇ। ਪਾਕਿਸਤਾਨ ਦੇ ਵਿੱਚ ਵੀ ਕਿਸੇ ਨਾਲ ਉਹਨਾਂ ਦੀ ਡੀਲ ਚੱਲ ਰਹੀ ਸੀ। ਇਹਨਾਂ ਕਿਰਪਾਨਾਂ ਲਈ ਪਿਛਲੇ 2 ਸਾਲਾਂ ਦੇ ਵਿੱਚ 16 ਲੱਖ ਦੀ ਟ੍ਰਾਂਜੈਕਸ਼ਨ ਵਿਦੇਸ਼ਾਂ ਦੇ ਵਿੱਚੋਂ ਹੋਈ, ਜਿਸ ਕਰਕੇ ਲਗਭਗ 30 ਪੁਲਿਸ ਮੁਲਾਜ਼ਮਾਂ ਨੇ ਇਸ ਘਰ ਦੇ ਵਿੱਚ ਰੇਡ ਕੀਤੀ। ਗੁਰਵਿੰਦਰ ਸਿੰਘ ਗਿੰਦਾ ਤੋਂ ਪੁੱਛ ਪੜਤਾਲ ਕੀਤੀ ਗਈ ਤੇ ਮਾਮਲਾ ਸੀ ਕੈਨੇਡਾ ਦੇ ਵਿੱਚ ਇੰਡੀਅਨ ਐਂਬੈਸੀ 'ਚ ਬੰਬ ਧਮਾਕੇ ਦਾ, ਜਿਸ ਨੂੰ ਲੈ ਕੇ ਪੁੱਛਗਿੱਛ ਕੀਤੀ ਗਈ ਅਤੇ ਉਹਨਾਂ ਦੇ ਲਿੰਕ ਵੀ ਫਰੋਲੇ ਗਏ। ਹਾਂਜੀ, ਨਹੀਂ ਆਪਣਾ ਤਾਂ ਕੋਈ ਉਹਨਾਂ ਦੇ ਨਾਲ ਲਿੰਕ ਨਹੀਂ ਸੀਗਾ। ਇਹ ਆਏ ਇਸ ਬਾਬ ਦੇ ਸੀਗੇ ਕਿ ਹਾਂ ਵੀ ਸ਼ਾਇਦ ਇਹਦੇ ਕੋਲ ਇੰਡੀਆ 'ਚ ਕੋਈ ਇਹ ਐਕਟੀਵਿਟੀ ਕਰਨਗੇ, ਕੋਈ ਅਸਲਾ ਉਸਲਾ ਹੋਊਗਾ ਇਹਨਾਂ ਦੇ ਕੋਲ ਜਾਂ ਕੁਛ ਵੀ। ਅਤੇ ਮੇਨ ਜਿਹੜਾ ਕਾਰਨ ਆ ਇਹ ਇਹੀ ਸੀਗਾ ਕਿ ਜਿਹੜਾ ਆਪਣਾ ਕੈਨੇਡਾ ਦੇ ਵਿੱਚ ਇੰਡੀਅਨ ਐਂਬੈਸੀ 'ਚ ਬੰਬ ਧਮਾਕਾ ਹੋਇਆ ਸੀ ਕਿ ਤੁਸੀਂ ਉਹਦੇ ਵਿੱਚ ਸ਼ਾਇਦ ਇਨਵੋਲਵ ਤਾਂ ਨਹੀਂ ਹੈਗੇ, ਯਾਨੀ ਕਿ ਇਸ ਬੇਸ 'ਤੇ ਆਏ ਸੀ ਆਪਣੇ ਕੋਲ। ਕਿੰਨੇ ਕੁ ਈਡੀ ਨੇ ਰੇਡ ਕੀਤੀ ਤੁਹਾਡੇ ਘਰ? ਉਹਨਾਂ ਦੇ ਆਉਣ ਦਾ, ਹਾਂਜੀ ਆਉਣ ਦਾ ਸਮਾਂ ਤਕਰੀਬਨ ਮੇਰੇ ਹਿਸਾਬ ਨਾਲ ਕੋਈ 4 ਵਜੇ ਤੋਂ ਪਹਿਲਾਂ ਦਾ ਸਮਾਂ ਹੋ ਸਕਦਾ। ਹਾਂ, 9 ਵਜੇ ਤੱਕ ਸਾਰੀ ਜਾਂਚ ਕੀਤੀ ਆ ਉਹਨੇ, ਸਾਰੀਆਂ ਬੈਡ ਸਾਰਾ ਕੁਛ ਹੀ ਸਮਾਨ ਤੋਲ ਕੇ। ਜਿਸ ਗੁਰਦੀਪ ਸਿੰਘ ਦੀ ਤੁਸੀਂ ਗੱਲ, ਹਰਦੀਪ ਸਿੰਘ ਉਹਨਾਂ ਦੀ ਗੱਲ ਕਰਦੇ ਹੋ, ਉਹ ਤਾਂ ਨਹੀਂ ਇਸ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਜਿਹਨਾਂ ਦਾ ਤੁਹਾਨੂੰ ਫੋਨ ਆਉਂਦਾ ਤੇ ਤੁਸੀਂ ਉਹਨਾਂ ਨੂੰ ਕਰ ਰਹੇ? ਹਾਂਜੀ, ਉਹ ਇਦਾਂ ਸੀਗਾ ਇਹਨਾਂ ਦੇ ਦੱਸਣ ਬਾਬ ਦੀ ਆ ਕਿ ਉਹ ਜਿਹੜਾ ਹਰਦੀਪ ਸਿੰਘ ਆ ਸਾਡਾ ਮਿੱਤਰ ਆ, ਪ੍ਰੇਮੀ ਆ ਉਹ ਸਾਡਾ, ਤੇ ਉਹਨਾਂ ਦੇ ਗਾਂ ਲਿੰਕ ਆ ਉੱਥੇ ਇਸ ਮਸਲੇ 'ਚ ਜਿਨ੍ਹਾਂ ਨੇ ਬੰਬ ਕਾਂਡ ਕੀਤਾ ਹੋਊਗਾ ਜਾਂ ਕਰਕੇ। ਉਹ ਫਿਰ ਹਰਦੀਪ ਸਿੰਘ ਨਾ ਆਪਣਾ ਪ੍ਰੇਮ ਆ ਅਤੇ ਉਹ ਚਾਹੁੰਦੇ ਕਿ ਜੇ ਉਹ ਇਨਵੋਲਵ ਆ ਜਾਂ ਹਰਦੀਪ ਸਿੰਘ ਉੱਥੇ ਜਾਂ ਕਿੱਦਾਂ ਵੀ ਆ, ਕਿ ਉਹਨਾਂ ਦੀ ਕੋਈ ਇੱਥੇ ਵੀ ਐਕਟੀਵਿਟੀ ਹੈਗੀ ਆ ਜਾਂ ਤੁਸੀਂ ਇੱਥੇ ਵੀ ਕੁਛ ਕਰਨਾ ਚਾਹੁੰਦੇ ਆ ਇੱਦਾਂ ਦਾ, ਇਸ ਬਾਬਤ ਆਏ ਸੀਗੇ ਕਿ ਹਾਂ ਵੀ ਤੁਹਾਡੀ ਇੱਥੇ ਐਕਟੀਵਿਟੀ ਤਾਂ ਨਹੀਂ, ਤੁਸੀਂ ਕੋਈ ਬੰਦੇ ਤਾਂ ਨਹੀਂ ਜੋੜ ਰਹੇ ਜਾਂ ਤੁਸੀਂ ਕੋਈ, ਮਤਲਬ ਤੁਸੀਂ ਇਸ ਇੱਥੇ ਕੋਈ ਐਕਟੀਵਿਟੀ ਦੇ ਵਿੱਚ ਨਹੀਂ ਸ਼ਾਮਿਲ ਹੋ? ਨਹੀਂ ਨਹੀਂ, ਆਪਾਂ ਨੂੰ ਲੋੜ ਹੀ ਨਹੀਂ, ਆਪਾਂ ਗ੍ਰਹਿਸਥੀ ਜੀ ਬਣਾ ਰਹੇ ਹਾਂ ਅਤੇ ਨਾਲ ਆਪਣਾ ਕਾਰੋਬਾਰ ਹੀ ਮਹਾਰਾਜ ਦੀ ਕਿਰਪਾ ਨਾਲ ਸ਼ਸਤਰਾਂ ਦਾ ਚੋਲਿਆਂ ਦਾ ਹੈਗਾ ਅਤੇ ਸਮਾਂ ਨਹੀਂ ਮਿਲਦਾ ਕਿਸੇ ਕੰਮ ਨੂੰ। ਫੋਨ ਤੁਹਾਡੇ ਕਿੰਨੇ ਲੈ ਕੇ ਗਏ ਆ? ਉਹ ਫੋਨ ਮੇਰੇ ਕੋਲ ਇੱਕੋ ਸੀਗਾ ਅਤੇ ਉਹ ਲੈ ਗਏ ਆ ਫੋਨ, ਡਾਟਾ ਵਗੈਰਾ ਸਾਰਾ ਉਹਦੇ ਵਿੱਚ ਸੀ। ਰਿਕੁਐਸਟ ਕੀਤੀ ਸੀ ਕਿ ਡਾਟਾ ਲੈ ਲਓ ਤੁਸੀਂ, ਫੋਨ ਦੇ ਦਿਓ, ਕਿ ਮੇਰਾ ਸਾਰਾ ਬਿਜ਼ਨਸ ਉੱਥੇ ਚੱਲਦਾ ਪਿਆ, ਲੈਣ ਦੇਣ ਸਾਰਾ ਕੁਛ ਹੀ, ਅਤੇ ਉਹ ਦੇ ਕੇ ਗਏ ਨੇ ਹੁਣ 20 ਤਰੀਕ। ਦੇਖੋ 20 ਤਰੀਕ ਨੂੰ ਕੀ ਕਹਿੰਦੇ ਨੇ। 20 ਤਰੀਕ ਕਿੱਥੇ ਦੀ ਦੇ ਕੇ ਗਏ ਆ ਉਹ? 20 ਤਰੀਕ ਚੰਡੀਗੜ੍ਹ ਦੀ ਦੇ ਕੇ ਗਏ ਆ, ਕੋਈ ਇਹ ਆਪਣਾ ਕਿਹੜੀ ਜੇਲ੍ਹ ਲੱਗ ਗਈ, ਕੋਈ ਆਫਿਸ ਹੈ ਇਹਨਾਂ ਦਾ NAI ਵਾਲਿਆਂ ਦਾ ਜਾਂ ਕਿਹਨਾਂ ਦਾ ਵੀ, ਅਤੇ ਉੱਥੇ ਦਾ ਦੱਸਿਆ ਕਿ ਉੱਥੇ ਜਾ ਕੇ ਪੁੱਛਗਿੱਛ ਕਰਨਗੇ ਉਹ, ਅਤੇ ਪੁੱਛਗਿੱਛ ਕਰਕੇ ਦੇਖੋ ਉਹ ਫੋਨ ਦਿੰਦੇ ਜਾਂ ਨਹੀਂ ਦਿੰਦੇ ਜਾਂ ਕੋਈ ਗਾਹ ਕਾਰਵਾਈ ਕਰਦੇ ਜਾਂ ਕਿੱਦਾਂ ਦੇ ਵੀ ਆ, ਉਹ ਹੁਣ 20 ਤਰੀਕ ਨੂੰ ਜਾ ਕੇ ਪਤਾ ਲੱਗੂ। ਤੁਸੀਂ ਕੀ ਚਾਹੁੰਦੇ ਹੋ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਰੇਡ ਹੋ ਰਹੀਆਂ, ਉਹ ਹੋ ਰਹੀਆਂ ਵਿਦੇਸ਼ੀ ਕਾਰਨਾਂ ਦੇ ਕਰਕੇ, ਕਿ ਉਹ ਵਿਦੇਸ਼ ਦੇ ਜਿਹੜੇ ਆ ਸਿੱਖ ਜਿਨ੍ਹਾਂ ਦੇ ਲਈ ਤੁਸੀਂ ਪੰਜਾਬ ਦੇ ਵਿੱਚ ਲੜਾਈ ਲੜ ਰਹੇ ਹੋ, ਕੀ ਉਹ ਤੁਹਾਡੇ ਨਾਲ ਖੜ੍ਹਦੇ ਆ? ਸਾਨੂੰ ਤਾਂ ਫੋਨ ਵੀ ਨਹੀਂ ਆਉਂਦਾ ਮਹਾਰਾਜ ਜੀ ਇਸ ਬਾਬਤ ਕਿ ਹਾਂ ਵੀ ਆਪਾਂ ਨੂੰ ਕੋਈ ਫੋਨ ਕਰਦਾ ਨਾ ਕੋਈ ਬਾਹਰੋਂ ਵਿਦੇਸ਼ ਤੋਂ। ਆਪਣਾ ਪ੍ਰੇਮ ਆ ਹਰਦੀਪ ਸਿੰਘ ਨਾਲ, ਉਹ ਨਾ ਆਪਣਾ ਵਧੀਆ ਗੱਲਬਾਤ ਹੁੰਦੀ ਆ, ਹੋਰ ਤਾਂ ਕੁਛ ਇੱਕ ਨੇੜੇ ਦੇ ਪਿੰਡ ਹੋਣ ਕਰਕੇ ਕੋਈ ਪੰਨੂ ਕਰਕੇ ਆ ਜਾਂ ਫਿਰ ਜਾਫੀ ਹੋਣੀ ਆ, ਇਹਨਾਂ ਦਾ ਆਪਣਾ ਕੋਈ ਹੈ ਨਹੀਂ ਤਾਲਮੇਲ, ਨਾ ਕਦੇ ਬਹੁਤੀ ਗੱਲਬਾਤ ਹੋਈ ਹੈ ਇਹਨਾਂ ਦੇ ਨਾਲ, ਕੋਈ ਲੈਣ ਦੇਣ ਹੋਇਆ ਹਨ। ਹਾਂ, ਮੈਨੂੰ ਇਹਨਾਂ ਨੂੰ ਵੀ ਰਿਕੁਐਸਟ ਕਰ ਦਿੰਦੇ ਹਾਂ ਚਲੋ ਨਾਲ ਹੀ, ਕਿ ਭਾਈ ਜੇ ਕੋਈ ਤੁਹਾਡੇ ਮਨ ਦੇ ਵਿੱਚ ਹੈਗਾ ਹੈ ਕੋਈ ਬਲਬਲਾ ਆਹ 2020 ਜਾਂ ਖਾਲਿਸਤਾਨ ਨੂੰ ਲੈ ਕੇ,
ਤੁਸੀਂ ਗਰਾਊਂਡ ਲੈਵਲ 'ਤੇ ਆਓ, ਗਰਾਊਂਡ ਲੈਵਲ 'ਤੇ ਆ ਕੇ ਗੱਲਬਾਤ ਕਰੋ, ਗੱਲਬਾਤ ਕਰਕੇ ਜਿਹੜੇ ਤੁਹਾਡੇ ਮੁੱਦੇ ਨੇ ਉਹ ਮੁੱਦੇ ਰੱਖੋ, ਜੇ ਨਹੀਂ ਸੋਲਵ ਹੁੰਦੇ ਫਿਰ ਅਗਲੇ ਨਾਲ ਗੱਲਬਾਤ ਕਰੋ ਕਿ ਸਾਡੇ ਆਹ ਮੁੱਦੇ ਸੋਲਵ ਨਹੀਂ ਹੋ ਰਹੇ ਭਾਈ, ਸਾਨੂੰ ਪ੍ਰੋਬਲਮ ਆ ਰਹੀ ਹੈ ਨਾ। ਮੰਨ ਲਓ ਵੀ ਪੈਣ ਜਿਹੜੀ ਸਾਡੇ ਪੰਜਾਬ ਦੀ ਜਵਾਨੀ ਆ, ਹੁਣ ਬਾਹਰੋਂ ਮੰਨ ਲਓ ਕਿਸੇ ਨੂੰ ਫੋਨ ਕਰਤਾ ਕਿ ਭਾਈ ਤੂੰ ਐਂ ਕਰਦੇ, ਭਾਈ ਤੂੰ ਉਹ ਕਰਦੇ, ਗਰੀਬ ਘਰਾਂ ਦੇ ਮੁੰਡੇ ਆ ਜਿਹੜੇ, ਉਹ ਵਿਚਾਰੇ ਇੱਕ ਭਾਵਨਾ ਦੇ ਵਿੱਚ ਆ ਕੇ ਕੁਛ ਵੀ ਮਾੜਾ ਚੰਗਾ ਕਰਕੇ ਮੁੜ ਕੇ ਪਿੱਛੇ ਮਾਪੇ ਲਾਉਂਦੇ ਨੇ, ਹੈ ਨਾ। ਉਹ ਚੀਜ਼ ਦਾ ਨੁਕਸਾਨ ਨਾ ਹੋਵੇ। ਜੇ ਤੁਸੀਂ ਕੁਛ ਕਰਨਾ ਵੀ ਗਰਾਊਂਡ ਲੈਵਲ 'ਤੇ ਆਓ, ਗਰਾਊਂਡ ਲੈਵਲ 'ਤੇ ਆਓ, ਅਸੀਂ ਵੀ ਖੜ ਲੈਂਦੇ ਹਾਂ ਤੁਹਾਡੇ ਨਾਲ, ਸਾਨੂੰ ਦੱਸੋ ਸਾਨੂੰ ਕੀ ਪ੍ਰੋਬਲਮਸ ਨੇ।